आर्म योरसेल्फ विद नॉलेज, ਤੁਸੀਂ ਜਿਹੜਾ ਗਿਆਨ ਦਾ ਸ਼ਾਸਤਰਵਾਦੀ ਹੋਵੋ। ਪੰਜਾਬ ਦੇ ਵਿੱਚ ਤੁਹਾਡੇ ਜਿਹੜੇ ਸਿਵਲ ਸਰਵਿਸਿਜ਼ ਦੇ ਜਿਹੜੇ ਸੀਨੀਅਰ ਮੋਸਟ ਆਫੀਸਰਸ ਕੌਣ ਨੇ ਤੇ ਚੈੱਕ ਕਰੋ ਤੁਹਾਡੇ ਪੰਜਾਬ ਦੇ ਡੀਜੀਪੀ ਕੌਣ ਨੇ। ਯੰਗਸਟਰ ਪੀੜੀ ਹੈ ਜਿਹਨੀ ਉਹ ਪੜ੍ਹ ਲਿਖ ਕੇ ਉਹ ਜਿਹੜੀ ਉਹ ਬਾਹਰ ਮੂਵ ਹੋ ਰਹੀ ਹੈ। ਇੱਥੇ ਕੋਈ ਪੰਜਾਬ ਦਾ ਬੱਚਾ ਰਹਿ ਕੇ ਰਾਜੀ ਨਹੀਂ। ਉਹ ਤਰਾਸਦੀ ਇਹ ਹੈ ਕਿ ਗਵਰਨਮੈਂਟਾਂ ਦੀਆਂ ਨਲਾਇਕੀਆਂ ਗਵਰਨਮੈਂਟਾਂ ਨੇ ਸਾਡੇ ਪੜ੍ਹਿਆ ਲਿਖਿਆ ਮੁੰਡਿਆਂ ਨੂੰ ਦਿੱਤਾ ਹੀ ਕੱਖ ਨਹੀਂ ਅੱਜ ਤੱਕ। ਜਿੱਥੇ ਵੀ ਇੰਡੀਆ ਜਾਇਦਾ ਸੀਗਾ 30-40-50 ਸਾਲ ਪਹਿਲਾਂ ਆਪਣੇ ਪੰਜਾਬੀ ਬਹੁਤ ਅਫਸਰ ਵੱਡੇ ਵੱਡੇ ਹੁੰਦੇ ਸੀਗੇ, ਹੁਣ ਬਹੁਤ ਘੱਟ ਗਏ। ਹੁਣ ਚਾਹੁੰਦੇ ਅਸੀਂ ਚਾਹੁੰਦੇ ਪਏ ਪੰਜਾਬੀ ਨਿਆਣੇ ਨੂੰ ਪੜ੍ਹਾਓ, ਉਹ ਵੀ ਸਾਡੇ ਅਫਸਰ ਲੱਗਣ ਸਾਰੇ ਪਾਸੇ ਜਾ ਕੇ ਤੇ ਮੁੜ ਕੇ ਪੰਜਾਬ ਆ ਕੇ ਆਪਣੀ ਡਿਊਟੀ ਨਿਭਾਉਣ, ਪੰਜਾਬ ਨੂੰ ਕਿਤੇ ਚੱਕਣਾ। ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜੇ ਨੌਜਵਾਨ ਪੰਜਾਬ 'ਚ ਰਹਿਣਾ ਚਾਹੁੰਦੇ ਆ ਜਾਂ ਜਿਹੜੇ ਜਿਹਨਾਂ ਨੂੰ ਮਜ਼ਬੂਰੀ ਵਾਸਤੇ ਜਾਣਾ ਪੈਂਦਾ, ਉਹਨਾਂ ਨੂੰ ਮਜ਼ਬੂਰੀ ਵਾਸਤੇ ਨਾ ਬਾਹਰ ਜਾਣਾ ਪਵੇ, ਜੇ ਪੰਜਾਬੀਆਂ ਨੂੰ ਪੰਜਾਬ 'ਚ ਮੌਕੇ ਮਿਲਣ ਤਾਂ ਇੱਥੇ ਵੀ ਜਿਹੜੀਆਂ ਤਰੱਕੀਆਂ ਹੋ ਸਕਦੀਆਂ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਸੀ ਦਾਵਾ ਅਗਨ ਬਹੁਤ ਸਿੰਘ ਜਾਲੇ, ਕੋਈ ਲੱਗਿਆ ਫੂਟ ਰਹੇ ਹੋ ਜੰਗਲ ਦੀ ਅੱਗ ਦੇ ਸਾਰਾ ਜੰਗਲ ਨੂੰ ਸਾੜ ਦਿੱਤਾ ਹੋਵੇ, ਜੇ ਇੱਕ ਟੀਲਾ ਵੱਜ ਜਾਵੇ ਤੇ ਧਰਤੀ ਫੇਰ ਹਰੀ ਭਰੀ ਹੋ ਜਾਂਦੀ ਹੈ ਜੇ ਉਸ ਉੱਤੇ ਤਾਂ ਨਹੀਂ ਪਹੁੰਚੇ। ਅਜੇ ਤੁਹਾਡੇ ਵਿੱਚ ਜੋਸ਼ ਹੈ, ਤੁਸੀਂ ਉਹ ਬੱਚੇ ਬੈਠੇ ਹੋ ਜਿਹਦਾ ਦੇ ਮਨ ਚ ਕੋਈ ਅਮੰਗ ਹੈ, ਕੋਈ ਤਰੰਗ ਹੈ, ਤੁਸੀਂ ਚੱਲੇ ਹੋ ਕੰਪੀਟੀਸ਼ਨ ਵਾਸਤੇ। ਅਸੀਂ ਇਸ ਲਈ ਅੱਗੇ ਆਏ ਹਾਂ ਕਿਉਂਕਿ ਸਾਡੇ ਕੋਲ ਇਸ ਟਾਈਮ ਜੋ ਪ੍ਰੋਬਲਮ ਹੈ ਪੰਜਾਬ ਦੇ ਵਿੱਚ, ਥਿੰਕ ਟੈਂਕਸ ਦੀ ਬਹੁਤ ਕਮੀ ਹੋ ਚੁੱਕੀ ਹੈ। ਪੰਜਾਬ ਜਿਹੜਾ ਹੈ ਨਾ ਆਪਣੀ ਕਹਿ ਲਓ ਕਿ ਕੀੜਲਾ ਗੋਤਾ ਲੈ ਰਿਹਾ ਆ। ਅਸੀਂ ਅਕੈਡਮਿਕ ਲੈਵਲ ਦੇ ਉੱਤੇ ਤੇ ਇੰਟੈਲੈਕਚੁਅਲ ਲੈਵਲ ਦੇ ਉੱਤੇ ਬਹੁਤ ਥੱਲੇ ਗਿਰ ਚੁੱਕੇ ਹਾਂ। ਸੋ ਸਾਨੂੰ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਆਉਣਾ ਪਵੇਗਾ ਤੇ ਅਸੀਂ ਆਸ ਕਰਦੇ ਹਾਂ ਕਿ ਜਿੰਨੇ ਅੱਜ ਸਟੂਡੈਂਟਸ ਆਏ ਆ ਇੱਥੇ ਉਹ ਆਪਣੇ ਆਪ ਨੂੰ ਕਹਿ ਲਓ ਕਿ ਪ੍ਰਮੋਟ ਕਰਨਗੇ, ਐਜੂਕੇਟ ਕਰਨਗੇ, ਸਾਡੇ ਜੋ ਵੀ ਸੰਸਥਾ ਆ ਉਹਦੀ ਫੁੱਲ ਸਪੋਰਟ ਕਰੂਗੀ। ਜਿਹੜਾ ਅੱਜ ਦਾ 8 ਜਨਵਰੀ ਦਾ ਇਹ ਪ੍ਰੋਗਰਾਮ ਹੈ ਜੀ, ਦੇਸ਼ ਭਗਤ ਹਾਲ ਜਲੰਧਰ ਦੇ ਵਿੱਚ ਹੈ। ਸਬਰ ਫਾਊਂਡੇਸ਼ਨ ਵੱਲੋਂ ਤੇ ਖਾਲਸਾ ਵੱਲੋਂ ਕੀਤਾ ਗਿਆ IAS IPS ਤੇ PCS ਦੀ ਐਗਜ਼ਾਮ ਦੀ ਤਿਆਰੀ ਦੇ ਲਈ। ਇਹ ਉਹਨਾਂ ਪੰਜਾਬ ਦੇ ਨੌਜਵਾਨਾਂ ਦੇ ਲਈ ਹੈ ਜਿਨ੍ਹਾਂ ਦੇ ਕੋਲ ਵਿੱਤੀ ਸਮੱਸਿਆਵਾਂ ਨੇ, ਵਿੱਤੀ ਚੈਲੰਜਸ ਨੇ, ਉਹ ਬਹੁਤ ਜਿਹੜਾ ਹੈਗਾ ਉੱਚਾ ਖਰਚਾ ਕਰਕੇ ਪ੍ਰਾਈਵੇਟ ਜਿਹੜੀਆਂ ਕੰਪਨੀਜ਼ ਕੋਲ ਜਾ ਕੇ ਟ੍ਰੇਨਿੰਗ ਨਹੀਂ ਸੀ ਲੈ ਸਕਦੇ ਦੂਜੇ ਸੂਬਿਆਂ ਦੇ ਵਿੱਚ, ਕਿਉਂਕਿ ਇਹ ਜਿਹੜੀਆਂ ਟ੍ਰੇਨਿੰਗਸ ਨੇ ਇਹ ਦਿੱਲੀ ਜਾਂ ਹੋਰ ਥਾਵਾਂ 'ਤੇ ਹੁੰਦੀਆਂ ਨੇ। ਹੁਣ ਖਾਲਸਾ ਸਾਹਿਬ ਵੱਲੋਂ 200 ਬੱਚਿਆਂ ਨੂੰ ਸਬਰ ਫਾਊਂਡੇਸ਼ਨ ਮੋਹਰੇ ਹੋ ਕੇ ਪੜ੍ਹਾਓਗੇ ਤੇ ਟਿਊਸ਼ਨ ਦਊਗੇ, ਨਾਲ ਜਿਹੜੇ ਬੰਦੇ ਪੜ੍ਹੇ ਲਿਖੇ ਆ ਉਹ ਨਾਲ ਉਹਨਾਂ ਦੀ ਸਹਾਇਤਾ ਕਰੂਗੇ ਭਾਈ। ਤੁਸੀਂ ਸਾਲ ਬਾਅਦ ਇੱਕ ਸਾਲ ਦੇ ਵਿੱਚ ਤਿਆਰੀ ਕਰ ਲਓ ਤੇ ਜਿਹੜੇ ਵੱਡੇ ਪੇਪਰ ਹੁੰਦੇ ਆ IPS IAS ਅਫਸਰ ਬਣਦੇ ਉਹ ਤੁਹਾਡੀ ਸਹਾਇਤਾ ਹੋ ਜਾਵੇ। ਜਿਹੜੇ ਲੱਖਾਂ ਦੀ ਟਿਊਸ਼ਨ ਲੱਗਣੇ ਆ ਤੇ ਉਹ ਅਸੀਂ ਖਾਲਸਾ ਵੱਲੋਂ ਦੇਵਾਂਗੇ। ਇਨੀਸ਼ਲੀ ਜਿਹੜਾ ਸਾਡਾ ਪਹਿਲਾ ਸਟੈਪ ਸੀਗਾ ਉਹ ਅਸੀਂ ਲੈ ਚੁੱਕੇ ਹਾਂ, ਉਹਦੇ ਵਿੱਚ ਅਸੀਂ ਇੱਕ ਫਾਰਮ ਰੱਖਿਆ ਸੀਗਾ ਔਨਲਾਈਨ, ਉਹ ਫਾਰਮ ਬੱਚਿਆਂ ਨੇ ਫਿਲ ਕੀਤਾ ਆ ਤੇ ਉਸ ਫਾਰਮ ਦੇ ਵਿੱਚੋਂ ਅਸੀਂ ਉਹਨਾਂ ਨੂੰ ਆਪਾਂ ਸਿਲੈਕਟ ਕੀਤਾ ਹੈ। ਉਹਨਾਂ ਸਿਲੈਕਸ਼ਨ ਦੇ ਹਿਸਾਬ ਨਾਲ ਅੱਜ ਅਸੀਂ ਉਹਨਾਂ ਨੂੰ ਪ੍ਰੋਸੈਸ ਕਰਕੇ ਇੰਡਕਸ਼ਨ ਕਰ ਦਿੱਤਾ ਆ ਤੇ ਅਸੀਂ ਅਗਲੇ ਵੀਕ ਤੋਂ ਜਿਹੜੀ ਉਹਨਾਂ ਦੀ ਕਲਾਸਿਸ ਉਹ ਸ਼ੁਰੂ ਕਰਨ ਜਾ ਰਹੇ। ਅਸੀਂ ਕਹਿੰਦੇ ਇੱਥੇ ਇਹ ਸਟੱਡੀ ਕਰਨ, ਇਹ ਵੀ ਬਾਹਰ ਜਾਣ ਕਿਤੇ, ਕੋਈ UP 'ਚ ਲੱਗੇ, ਕੋਈ ਬਿਹਾਰ 'ਚ ਲੱਗੇ, ਕੋਈ ਗੁਜਰਾਤ 'ਚ ਲੱਗੇ। ਇੱਕ ਬਿਹਾਰ ਦਾ ਆਪਣਾ ਹੁਣ DGP ਬਣਿਆ ਸਰਦਾਰ, ਸਾਨੂੰ ਭਾਵੇਂ ਨਾ ਉਹਦਾ ਨਾਂ ਹੀ ਪਤਾ ਹੋਵੇ, ਪੱਗ ਦੇਖ ਕੇ ਖੁਸ਼ੀ ਚੜ੍ਹ ਜਾਈ ਯਾਰ ਸਾਡਾ DGP ਲੱਗਾ, ਠੀਕ ਹੈ ਨਾ। ਸਾਡੇ ਨਿਆਣੇ ਪੜ੍ਹ ਕੇ ਤਾਂ ਅੱਗੇ ਜਾਣ, ਸਾਡੇ ਜਿਹੜੀ ਐਜੂਕੇਸ਼ਨ ਪੜ੍ਹੀ ਲਿਖੀ ਪੀੜ੍ਹੀ ਜਾ ਕੇ ਟਰਾਲੇ 'ਚ ਲਾਈ ਜਾਂਦੇ ਆ। ਅਸੀਂ ਬਹੁਤ ਜ਼ਿਆਦਾ ਥੈਂਕਫੁਲ ਹਾਂ ਖਾਲਸਾ ਏਡ ਦੇ ਸਬਰ ਫਾਊਂਡੇਸ਼ਨ ਦੇ ਕਿ ਉਹ ਸਾਨੂੰ ਇੰਨੀ ਫੈਸਿਲਿਟੀਡ ਕੋਚਿੰਗ ਪ੍ਰੋਵਾਈਡ ਕਰਵਾਉਣਗੇ ਅਤੇ ਸਾਨੂੰ ਆਪਸ਼ਨਲ ਵੀ ਕੋਚਿੰਗ ਪ੍ਰੋਵਾਈਡ ਕਰਵਾਉਣਗੇ। ਕੋਚਿੰਗ ਵਾਸਤੇ ਨਾ ਮਤਲਬ ਬਹੁਤ ਜ਼ਿਆਦਾ ਫੀਸ ਵੀ ਲੱਗਦੀ ਆ, ਮੈਂ ਕਦੇ ਸੋਚਿਆ ਵੀ ਸੀਗਾ ਕਿ ਸ਼ਾਇਦ ਮੈਂ ਕਰੂੰਗੀ, ਲੇਕਿਨ ਜਦੋਂ ਫੀਸ ਦੀ ਵਾਰੀ ਆਉਂਦੀ ਹੈ ਤਾਂ ਮੇਰੇ ਮਤਲਬ ਸਾਰੇ ਸੁਪਨੇ ਟੁੱਟ ਗਏ ਸੀ। ਲੇਕਿਨ ਜਦੋਂ ਮੈਂ ਇਹ ਜਦੋਂ ਮੈਨੂੰ ਮੌਕਾ ਮਿਲਿਆ ਫਿਰ ਤੋਂ ਕੋਚਿੰਗ ਕਰਨ ਦਾ, ਮੈਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਸਾਨੂੰ ਇਸ ਲਾਈਨ ਦੇ ਵਿੱਚ ਫਿਰ ਉਹਨਾਂ ਨੇ ਸਾਨੂੰ ਕਿੰਨਾ ਨਹੀਂ ਉਮੀਦ ਦਿੱਤੀ ਹੈ, ਨਵਾਂ ਰਸਤਾ ਦਿਖਾਇਆ ਹੈ ਅਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਅਤੇ ਬਹੁਤ ਖੁਸ਼ੀ ਫੀਲ ਕਰਦੀ ਹਾਂ। ਇਹਦੀ ਜਿਹੜੀ ਕਲਾਸਿਸ ਦੀ ਇੱਕ ਫਾਇਦਾ ਇਹ ਕਿ ਔਨਲਾਈਨ ਕਲਾਸਿਸ ਨੇ, ਤੁਸੀਂ ਕਿਤੇ ਵੀ ਬੈਠ ਕੇ ਲੈ ਸਕਦੇ ਹੋ। ਇਹ ਆਪਣੀ ਪ੍ਰੋਪਰ ਇੱਕ ਔਨਲਾਈਨ ਪਲੇਟਫਾਰਮ ਹੈਗਾ, ਉਹਦੇ 'ਤੇ ਜਾ ਕੇ ਉਹਨਾਂ ਨੇ ਯੂਜ਼ਰ ਨੇ ਪਾਸਵਰਡ ਫਾਰਵਰਡ ਕਰ ਦਿੱਤੇ ਆ ਬੱਚਿਆਂ ਨੂੰ ਅਤੇ ਉਹ ਕਿਤੇ ਵੀ ਜਾ ਕੇ ਲੈ ਸਕਦੇ, ਇਹਨੂੰ ਕਿਤੇ ਜਲੰਧਰ ਆਉਣ ਦੀ ਲੋੜ ਨਹੀਂ। ਸੋ ਸਾਨੂੰ ਇਹ ਉਪਰਾਲਾ ਜਿਹੜਾ ਆ ਇਹ ਅਸੀਂ ਇਸੇ ਲਈ ਕੀਤਾ ਕਿ ਅਸੀਂ ਵੱਧ ਤੋਂ ਵੱਧ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਮੋਟ ਕਰੀਏ ਅਤੇ ਅਸੀਂ ਚਾਹੁੰਦੇ ਹਾਂ ਕਿ ਬੱਚੇ ਜਿਹੜੇ ਵੱਧ ਤੋਂ ਵੱਧ ਇਹ ਸਾਡੇ ਨਾਲ ਜੁੜਨ, ਸੋ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆ ਸਕੀਏ ਅਤੇ ਆਪਣੇ ਵੱਧ ਤੋਂ ਵੱਧ ਜਿਹੜੇ ਆਪਣੇ ਬੱਚਿਆਂ ਨੂੰ ਵੱਡੇ ਆਫਿਸਿਸ ਦੇ ਵਿੱਚ ਬਿਠਾ ਸਕੀਏ। ਸਾਡੀਆਂ ਬਸ ਦੁਆਵਾਂ ਨੇ, ਸਾਡੀਆਂ ਅਰਦਾਸਾਂ ਨੇ ਕਿ ਜਿਹੜਾ ਉਪਰਾਲਾ ਲੈ ਕੇ ਅਸੀਂ ਚੱਲੇ ਹਾਂ, ਜਿਹੜੇ ਅਸੀਂ ਬੂਟੇ ਲਾਉਣ ਲੱਗੇ ਹਾਂ, ਇਹਨਾਂ ਬੂਟਿਆਂ ਨੂੰ ਫਲ ਲੱਗਣ, ਫੁੱਲ ਲੱਗਣ, ਵਧਣ ਫੁੱਲਣ, ਇਹ ਜ਼ਿੰਦਗੀ 'ਚ ਤਰੱਕੀਆਂ ਕਰਨ। ਜਦੋਂ ਅਸੀਂ ਦੁਨੀਆਂ ਤੋਂ ਤੁਰ ਵੀ ਗਏ ਤਾਂ ਸਾਨੂੰ ਯਾਦ ਕਰਨ ਵੀ ਚਲੋ ਇਹਨਾਂ ਲੋਕਾਂ ਨੇ ਇੱਕੋ ਚੰਗਾ ਉਪਰਾਲਾ ਕੀਤਾ। ਉਮੀਦਾਂ ਸਾਡੀਆਂ ਸਰਕਾਰਾਂ ਤੋਂ ਹੁੰਦੀਆਂ ਨੇ ਅਤੇ ਸਾਨੂੰ ਉਮੀਦ ਹੈ ਕਿ ਜਿਹੜੀਆਂ ਹੁਣ ਦੀਆਂ ਸਰਕਾਰਾਂ ਨੇ ਜਾਂ ਆਉਣ ਵਾਲੇ ਸਮੇਂ ਦੀਆਂ ਨੇ ਉਹ ਵੀ ਇਹਨਾਂ ਕਾਰਜਾਂ ਵੱਲ ਧਿਆਨ ਦੇਣਗੀਆਂ, ਪਰ ਇਹ ਜ਼ਿੰਮੇਵਾਰੀ ਨੂੰ ਅੱਜ ਆਪਣੀ ਸਮਝਦੇ ਹੋਏ ਅਸੀਂ ਉਪਰਾਲਾ ਲਿਆ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਜਿਹੜੇ ਵਿਦਿਆਰਥੀਆਂ ਨੇ
इस तो लाभ लेना वो पूरी मेहनत न शिद्दत अपनी जी तैयारी करेंगे क्योंकि ये पिछले संगत का सहयोग है ये पिछले बड़े लोगों का एक मेहनत लगी हुई है तो सूँ उम्मीद है कि वो ये तो पूरा पूरा लाभ लैणगे तो आने समय के बाकियों भी सेहत बन गए होर नौजवानों के लिए भी पंजाब के लिए सिर्फ विदेश जाने साडे कोल कराह नहीं रह गया जे असी मेहनत करते हैं संस्थावां अच्छी होके आउंदियां ने इत्थे भी जो रोजगार के मुहैया जोड़े हो सकते हैं जोड़े मौके मिल सकते यही जो अच्छा कारण है मकसद इंक्लूडिंग इंटरव्यू तो इंटरव्यू भी पंजाबी च दे सकते हो पंजाबी में अपने सारे जो एग्जाम है वह लिख सकते हो ब्रेविंग प्रलम पार्ट जो प्रलम सा जो पेपर है वह सिर्फ इंग्लिश से हिंदी में होगा